ਗੁਰੂ ਅਰਜਨ ਦੇਵ ਸਾਹਿਬ ਦੀ ਜੋ ਅਜੀਮ ਰਚਨਾ ਹੈ ਉਹਦਾ 35ਵਾਂ ਸਲੋਕ ਤੇ ਪੌੜੀ। ਬਹੁਤ ਦਫਾ ਮਨੁੱਖ ਮਨੁੱਖ ਦੀ ਆਸ ਰੱਖਦਾ ਹੈ ਕਿ ਮੈਨੂੰ ਤੇਰੇ 'ਤੇ ਆਸ ਹੈ, ਮੇਰਾ ਇਹ ਕੰਮ ਤੂੰ ਪੂਰਾ ਕਰੇ। ਫਿਰ ਉਹ ਆਸ ਭਾਵੇਂ ਕਿਸੇ ਵੀ ਕਿਸਮ ਦੀ ਹੋਵੇ, ਭਾਵੇਂ ਰੋਜ਼ੀ ਦੀ ਹੋਵੇ ਅਤੇ ਭਾਵੇਂ ਬਿਜਨਸ ਦੀ ਹੋਵੇ, ਭਾਵੇਂ ਕਿਸੇ ਵੀ ਕਿਸਮ ਦੀ ਹੋਵੇ, ਮਨੁੱਖ ਕਹਿ ਦਿੰਦਾ ਮੇਰੀ ਆਸ ਤਾਂ ਤੇਰੇ 'ਤੇ। ਹੁਣ ਦੇਖਣਾ, ਜਿਤਨੀ ਸਮਝ ਮਨੁੱਖ ਦੇ ਕੋਲ ਹੈ ਪਸ਼ੂ ਦੇ ਕੋਲ ਨਹੀਂ। ਜਿਤਨੀ ਸਮਝ ਮਨੁੱਖ ਦੇ ਕੋਲ ਹੈ ਪੰਛੀ ਦੇ ਕੋਲ ਨਹੀਂ ਹੈ। ਜਿਤਨੀ ਬੁੱਧੀ ਜਿਤਨਾ ਹੋਸ਼ ਮਨੁੱਖ ਦੇ ਕੋਲ ਹੈ, ਨਾ ਪਸ਼ੂ ਦੇ ਕੋਲ ਹੈ ਨਾ ਪੰਛੀ ਦੇ ਕੋਲ ਹੈ। ਪੰਛੀ ਨੂੰ ਕਦੇ ਨਹੀਂ ਦੇਖਿਆ ਹੋਵੇਗਾ ਕਿ ਕਿਸੇ ਪੰਛੀ ਤੋਂ ਮੰਗ ਰਿਹਾ ਹੋਵੇ, ਉਹਦੀ ਆਸ 'ਤੇ ਬੈਠਾ ਹੋਵੇ। ਜਾਨਵਰ ਨੂੰ ਨਹੀਂ ਦੇਖਿਆ ਕਿ ਕਿਸੇ ਜਾਨਵਰ ਦੀ ਆਸ 'ਤੇ ਬੈਠਾ ਹੈ, ਕੁਛ ਤਾਂ ਕੀ ਮਾਫ ਮਨੁੱਖ ਮਨੁੱਖ ਦੀ ਆਸ 'ਤੇ ਬੈਠਾ ਹੁੰਦਾ ਹੈ। ਜਦੋਂ ਕਿ ਮਨੁੱਖ ਇਤਨਾ ਸਿਆਣਾ ਵੀ ਹੈ, ਇਤਨਾ ਸੂਝਵਾਨ ਵੀ ਹੈ ਔਰ ਉਹਦੀ ਚੇਤਨਾ ਵੀ ਵਿਕਸਿਤ ਹੈ, ਫਿਰ ਵੀ ਮਨੁੱਖ ਮਨੁੱਖ ਦੀ ਆਸ। ਅਤੇ ਪੰਛੀ ਕਿਹਨਾਂ ਦੀ ਆਸ ਰੱਖਦੇ ਨੇ? ਬਾਬਾ ਫਰੀਦ ਨੂੰ ਪੁੱਛ ਲੈਣਾ। ਅਤੇ ਆਪ ਜੀ ਕਹਿੰਦੇ ਨੇ, ਹਾਂ ਬਲਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ। ਹੇ ਪ੍ਰਾਣੀ, ਤੂੰ ਤਾਂ ਮਹਿਲਾਂ ਵਿੱਚ ਰਹਿੰਦਾ ਹੈ, ਪੰਛੀ ਜੰਗਲ ਵਿੱਚ ਰਹਿੰਦੇ। ਤੂੰ 36 ਪ੍ਰਕਾਰ ਦੇ ਭੋਜਨ ਖਾਂਦਾ ਹੈ ਅਤੇ ਪੰਛੀ ਦਾ ਕੀ ਭੋਜਨ ਹੈ? ਕੱਕਰ ਚੁੱਗਣ ਥਲ ਵਸਣ, ਉਹਨਾਂ ਦਾ ਕੀ ਖਾਣਾ ਹੈ? ਗਾਸ ਖਾਂਦੇ ਨੇ, ਕੱਕਰ ਚੁੱਗਦੇ ਨੇ, ਪਾਲਾ ਚੁੱਗਦੇ ਨੇ, ਇਸ ਤਰ੍ਹਾਂ ਖਾਂਦੇ ਨੇ। ਪਰ ਉਹ ਦਰਖਤ 'ਤੇ ਰਹਿ ਕੇ, ਜ਼ਮੀਨ 'ਤੇ ਰਹਿ ਕੇ ਕੱਕਰ ਚੁੱਗ ਕੇ ਰੱਬ ਨਾ ਛੋੜਨ ਪਾਸ, ਰੱਬ ਦਾ ਸਾਰਾ ਨਹੀਂ ਛੱਡਦੇ, ਤੂੰ 36 ਪ੍ਰਕਾਰ ਦਾ ਭੋਜਨ ਖਾ ਕੇ ਮਹਿਲਾਂ ਵਿੱਚ ਰਹਿ ਕੇ ਵੀ ਤੂੰ ਰੱਬ ਨੂੰ ਭੁੱਲ ਗਈ। ਇਹ ਕਿਤਨਾ ਵੱਡਾ ਗੁਨਾਹ ਹੈ। ਬਾਬਾ ਫਰੀਦ ਕਹਿੰਦੇ ਨੇ, ਹਾਂ ਬਲਹਾਰੀ ਤਿੰਨਾਂ ਪੰਖੀ ਹਾਂ, ਮੈਂ ਕੁਰਬਾਨ ਹਾਂ ਪੰਛੀਆਂ 'ਤੇ। ਮਨੁੱਖ 'ਤੇ ਕੁਰਬਾਨ ਹੋਣ ਦੀ ਗੱਲ ਨਹੀਂ ਕੀਤੀ ਹੈ, ਪਰ ਹਾਂ ਗੁਰਮੁਖਾਂ 'ਤੇ ਕੁਰਬਾਨ, ਨਾਮੀ ਪੁਰਸ਼ਾਂ 'ਤੇ ਕੁਰਬਾਨ। ਤੋ ਸਲੋਕ ਦਾ ਜੋ ਮੂਲ ਪਾਠ ਹੈ, ਧਰ ਜੀਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ। ਬਿਡਾਨੀ ਕਹਿੰਦੇ ਨੇ ਬੇਗਾਨੀ ਆਸ ਛੱਡਦੇ, ਕੁਛ ਨਹੀਂ ਮਿਲਣਾ ਬੇਗਾਨੀ ਆਸ 'ਤੇ। ਜਦੋਂ ਅਕਬਰ ਨੇ ਕਿਹਾ ਸੀ ਫਰੀਦ ਨੂੰ, ਕਿਉਂਕਿ ਸ਼ੇਖ ਫਰੀਦ ਦੀ ਗੱਦੀ 'ਤੇ ਜਿਹੜਾ ਵੀ ਕੋਈ ਬੈਠਦਾ ਸੀ ਆਪਣੇ ਨਾਮ ਤੋਂ ਪਹਿਲਾਂ ਫਰੀਦ ਲਗਾਉਂਦੇ ਸੀ, ਅਤੇ ਅਕਬਰ ਕਹਿੰਦਾ ਹੈ ਫਰੀਦ ਨੂੰ, ਫਰੀਦ ਜੀ ਜੇ ਕਿਧਰੇ ਤੂੰ ਮੇਰੇ ਕੋਲ ਆ ਜਾਵੇਂ ਤਾਂ ਮੈਂ ਤੈਨੂੰ ਬਹੁਤ ਕੁਛ ਦੇ ਸਕਦਾ, ਆਪਣਾ ਆਸ਼ਰਮ ਬਣਾ, ਆਪਣਾ ਡੇਰਾ ਬਣਾ। ਫਰੀਦ ਕਹਿੰਦਾ ਹੈ ਜ਼ਰੂਰ ਆਵਾਂਗਾ ਜ਼ਰੂਰ। ਔਰ ਇੱਕ ਦਿਨ ਫਰੀਦ ਜੀ ਚਲੇ ਵੀ ਜਾਂਦੇ ਨੇ। ਪਹਿਰੇਦਾਰ ਨੇ ਰੋਕ ਲਿਆ, ਕਹਿਣ ਲੱਗੇ ਸਾਈਂ ਜੀ ਕਿੱਥੇ ਜਾ ਰਹੇ ਹੋ? ਕਿਉਂਕਿ ਅਕਬਰ ਤਾਂ ਨਿਮਾਜ਼ ਅਦਾ ਕਰਦਾ ਪਿਆ ਹੈ, ਤੁਸੀਂ ਜ਼ਰਾ ਠਹਿਰੋ ਰੁਕੋ। ਫਰੀਦ ਕਹਿੰਦਾ ਹੈ ਨਹੀਂ, ਮੈਂ ਇਸੇ ਵਕਤ ਮਿਲਣਾ ਹੈ। ਪਹਿਰੇਦਾਰ ਕਹਿੰਦਾ ਨਹੀਂ ਹੋ ਸਕਦਾ, ਨਮਾਜ਼ ਅਦਾ ਕਰ ਲੈਣ ਦੇਵੋ ਫਿਰ ਮਿਲ ਸਕਦੇ ਹੋ। ਖੈਰ ਨਮਾਜ਼ ਅਦਾ ਹੋਈ, ਅਕਬਰ ਖੁਦ ਚੱਲ ਕੇ ਆਇਆ, ਕਹਿਣ ਲੱਗੇ ਆਓ ਜੀ ਸਾਈਂ ਜੀ ਕੀ ਚਾਹੀਦਾ ਹੈ?
ਕਹਿਣ ਲੱਗੇ ਮਹਾਰਾਜ ਚਾਹੀਦਾ ਕੁਝ ਨਹੀਂ, ਬਸ ਮੁਲਾਕਾਤ ਕਰਨੀ ਸੀ, ਹੋ ਗਈ, ਮੈਂ ਜਾ ਰਿਹਾ। ਅਕਬਰ ਕਹਿੰਦਾ ਹੈ ਮੈਂ ਹੀ ਤਾਂ ਤੈਨੂੰ ਬੁਲਾਇਆ ਸੀ ਕੁਝ ਦੇਣ ਵਾਸਤੇ। ਫਰੀਦ ਕਹਿੰਦਾ ਹੈ ਆਇਆ ਸੀ ਮੈਂ ਲੈਣ ਵਾਸਤੇ, ਲੇਕਿਨ ਹੁਣ ਇਰਾਦਾ ਬਦਲ ਗਿਆ। ਪਰ ਇੱਕ ਗੱਲ ਮੈਨੂੰ ਤੂੰ ਦੱਸ, ਨਮਾਜ਼ ਅਦਾ ਮੈਂ ਵੀ ਕਰਦਾ ਅਤੇ ਤੂੰ ਵੀ ਕਰਦਾ ਪਿਆ ਸੀ, ਜਦੋਂ ਤੂੰ ਨਮਾਜ਼ ਅਦਾ ਕਰਦਾ ਪਿਆ ਸੀ ਤੇਰਾ ਐਕਸ਼ਨ ਬੜਾ ਅਜੀਬ ਸੀ, ਦੋਵੇਂ ਹੱਥ ਇਸ ਤਰ੍ਹਾਂ ਕੀਤੇ ਹੋਏ ਸੀ, ਨਮਾਜ਼ ਮੈਂ ਵੀ ਅਦਾ ਕਰਦਾ, ਮੈਂ ਤਾਂ ਨਹੀਂ ਕਰਦਾ ਇਸ ਤਰ੍ਹਾਂ। ਕਿਉਂਕਿ ਕਈ ਪ੍ਰੇਮੀ ਜਦੋਂ ਮੱਥਾ ਟੇਕਦੇ ਨੇ, ਕਈ ਤਾਂ ਹੱਥ ਬੰਨ੍ਹਦੇ ਨੇ ਅਤੇ ਕਈ ਆਪਣੀ ਚੋਲੀ ਵੀ ਅੜਕ ਕੇ ਖੜ੍ਹੇ ਹੋ ਜਾਂਦੇ ਨੇ। ਆਪਣੀ ਆਪਣੀ ਸ਼ਰਧਾ ਹੈ, ਆਪਣਾ ਆਪਣਾ ਪਿਆਰ। ਅਕਬਰ ਕਹਿੰਦਾ ਹੈ ਮੈਂ ਦੋਵੇਂ ਹੱਥ ਇਸ ਤਰ੍ਹਾਂ ਇਸ ਕਰਕੇ ਕੀਤੇ ਸੀ ਕਿ ਜੋ ਕੁਛ ਵੀ ਮੈਂ ਖਲਕਤ ਨੂੰ ਵੰਡਦਾ ਉਹ ਖੁਦਾ ਤੋਂ ਮੰਗਦਾ, ਖੁਦਾ ਦਿੰਦਾ ਹੈ ਮੈਂ ਖਲਕਤ ਨੂੰ ਦਿੰਦਾ। ਫਰੀਦ ਕਹਿੰਦਾ ਹੈ ਚੰਗਾ, ਇਹ ਤਾਂ ਮੈਨੂੰ ਹੁਣ ਪਤਾ ਲੱਗਿਆ ਹੈ ਕਿ ਤੂੰ ਵੀ ਉਸ 'ਤੇ ਦਰਦਾ ਮੰਗਦਾ ਹੈ, ਭਿਖਾਰੀ। ਜਦੋਂ ਤੂੰ ਵੀ ਉਸ 'ਤੇ ਦਰਦਾ ਮੰਗਦਾ ਹੈ ਤਾਂ ਫਿਰ ਮੈਂ ਤੇਰੇ ਤੋਂ ਮੰਗਣ ਦੀ ਬਜਾਏ ਮੈਂ ਕਿਉਂ ਨਾ ਉਸ ਤੋਂ ਮੰਗਾਂ, ਦੱਦਾ ਦਾਤਾ ਏਕ ਹੈ, ਮੈਂ ਉਸ ਤੋਂ ਮੰਗਾਂ। ਅਕਬਰ ਦੀਆਂ ਅੱਖਾਂ ਨੀਵੀਆਂ ਪੈ ਗਈਆਂ, ਕਿਉਂਕਿ ਇੱਕ ਦਿਨ ਅਕਬਰ ਨੇ ਇਹ ਵੀ ਕਿਹਾ ਸੀ ਕੁਛ ਮੌਲਵੀਆਂ ਨੂੰ ਬੁਲਾ ਕੇ ਕਿ ਮੈਂ ਬਹੁਤ ਦਾਨੀ ਹਾਂ, ਮੈਂ ਬਹੁਤ ਪੁੰਨੀ ਹਾਂ, ਮੈਂ ਹਰ ਧਰਮ ਦਾ ਸਤਿਕਾਰ ਕਰਦਾ, ਮੈਨੂੰ ਪੈਗੰਬਰੀ ਦਾ ਖਿਤਾਬ ਦਿਵੋ ਕਿ ਅਕਬਰ ਵੀ ਕੋਈ ਪੈਗੰਬਰ ਹੋਇਆ ਸੀ, ਕਿਉਂਕਿ ਨਾਮ ਇਸੇ ਕਰਕੇ ਰੱਖਿਆ ਸੀ ਅਕਬਰ, ਔਰ ਅਕਬਰ ਦਾ ਮਾਇਨਾ ਹੈ ਬਹੁਤ ਵੱਡਾ। ਇਸੇ ਕਰਕੇ ਜਦੋਂ ਉਹ ਨਮਾਜ਼ ਅਦਾ ਕਰਦੇ ਨੇ ਤਾਂ ਕੀ ਕਹਿੰਦੇ ਨੇ, ਅੱਲਾਹੂ ਅਕਬਰ, ਹੇ ਅੱਲਾਹ ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ। ਤਾਂ ਉੱਥੇ ਜਦੋਂ ਪੁੱਛਿਆ ਗਿਆ ਸੀ ਰਹੀਮ ਨੂੰ ਕਿ ਰਹੀਮ ਹੁਣ ਤੂੰ ਦੱਸ ਇਸ ਨੂੰ ਰੈਬਰੀ ਪੁਰਸ਼ ਦਾ ਖਿਤਾਬ ਦਿੱਤਾ ਜਾਵੇ, ਰਹੀਮ ਨੇ ਕਿਹਾ ਨਹੀਂ, ਦਾਨ ਕਰਨਾ ਵੱਖਰੀ ਗੱਲ ਹੈ, ਪਾਠ ਪੂਜਾ ਕਰਨਾ ਵੱਖਰੀ ਗੱਲ ਹੈ, ਲੋੜਵੰਦਾਂ ਦੀ ਸੇਵਾ ਕਰਨੀ ਵੱਖਰੀ ਗੱਲ ਹੈ, ਪਰ ਕੋਈ ਕਹਿ ਦੇਵੇ ਮੈਨੂੰ ਰੈਬਰੀ ਪੁਰਸ਼ ਦਾ ਖਿਤਾਬ ਮਿਲ ਜਾਵੇ, ਕਹਿੰਦੇ ਨੇ ਨਹੀਂ, ਰੈਬਰ ਤਾਂ ਉੱਥੋਂ ਬਣ ਕੇ ਹੀ ਆਉਂਦੇ ਨੇ, ਆਸ਼ਿਕ ਬਣਤੇ ਨਹੀਂ ਬਣੇ ਆਤੇ ਹੈ, ਬਣੇ ਆਤੇ। ਤਾਂ ਰੈਬਰ ਇੱਥੇ ਬਣਦੇ ਨਹੀਂ, ਉਹ ਬਣੇ ਹੋ ਜਾਂਦੇ ਨੇ, ਬਣੇ ਹੋਏ। ਤਾਂ ਮੈਂ ਅਰਜ਼ ਕਰ ਰਿਹਾ ਸੀ ਕਿ ਤੂੰ ਆਸ ਉਸ ਦੀ ਰੱਖ, ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ। ਕਈ ਦਫ਼ਾ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਾਰਜ ਆਵੇ ਰਾਸ, ਪੁੱਤਰ ਦਾ ਵਿਆਹ ਹੋ ਜਾਵੇ, ਖੁਸ਼ੀ ਦਾ ਪ੍ਰੋਗਰਾਮ ਚੱਲ ਰਿਹਾ ਹੈ, ਅਸੀਂ ਸ਼ਬਦ ਪੜ੍ਹਦੇ ਹਾਂ ਕਾਰਜ ਆਵੇ ਰਾਸ, ਜਾਂ ਫਿਰ ਇਹ ਵੀ ਪੜ੍ਹਦੇ ਹਾਂ ਸੰਤਾਂ ਕੇ ਕਾਰਜ ਆਪ ਖਲੋਇਆ ਅਤੇ ਗੁਸਤਾਖੀ ਮਾਫ਼, ਕਿ ਜਿਨ੍ਹਾਂ ਦੇ ਘਰ ਅਸੀਂ ਇਹ ਸ਼ਬਦ ਪੜ੍ਹ ਰਹੇ ਹਾਂ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਸੰਤ ਕਿਸ ਨੂੰ ਕਹਿੰਦੇ ਨੇ? ਸੰਤ ਕਹਿੰਦੇ ਨੇ ਬ੍ਰਹਮ ਗਿਆਨੀ ਨੂੰ, ਔਰ ਬ੍ਰਹਮ ਗਿਆਨੀ ਰੱਬ ਵਰਗਾ ਹੀ ਹੁੰਦਾ ਹੈ, ਕਿ ਜਿਹਦੇ ਘਰ ਅਸੀਂ ਇਹ ਸ਼ਬਦ ਪੜ੍ਹ ਰਹੇ ਹਾਂ ਕਿ ਵਾਕਈ ਉਹ ਬ੍ਰਹਮ ਗਿਆਨੀ ਹੈ। ਕਿਉਂਕਿ ਇਹ ਜੋ ਸ਼ਬਦ ਪੜ੍ਹਿਆ ਗਿਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਇੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੇ ਨਾਮ ਜਪਦੇ ਨੇ, ਜਿਹੜੇ ਸਿਮਰਨ ਕਰਦੀਆਂ ਕਰਦੀਆਂ ਉੱਚੇ ਉੱਠ ਗਏ ਨੇ ਉਹ ਸੰਤ ਨੇ, ਔਰ ਉਹਨਾਂ ਦਾ ਮੂਲ ਕਾਰਜ ਰਾਸ ਹੋ ਗਿਆ। ਕਿਹੜਾ ਕਾਰਜ? ਪੁੱਤਰ ਦੇ ਵਿਆਹ ਦਾ? ਨਹੀਂ। ਬਹੁਤ ਸੋਹਣਾ ਮਕਾਨ ਦਾ? ਨਹੀਂ। ਉਹਦਾ ਇੱਕੋ ਹੀ ਕਾਰਜ ਹੈ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਕਿ ਜਿਸ ਮਨੋਰਥ ਲਈ ਤੂੰ ਜਗਤ ਵਿੱਚ ਆਇਆ ਹੈ ਰੱਬ ਦੇ ਨਾਲ ਮਿਲਣ, ਇਹ ਕਾਰਜ ਸੰਪੂਰਨ ਹੋ ਗਿਆ, ਮੇਰਾ ਮਿਲਣ ਹੋ ਗਿਆ, ਬਸ ਇਹ ਕਾਰਜ।
ਇੱਥੇ ਉਹੀ ਗੱਲ ਕਰ ਰਹੇ ਨੇ, ਧਰ ਜੀਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ, ਤੇਰਾ ਕਾਰਜ ਰਾਸ ਹੋ ਜਾਏਗਾ, ਬਹੋੜ ਨਾ ਬਹੁ ਜਲ ਫੇਰਾ। ਹੁਣ ਪੌੜੀ ਦੇ ਬੋਲ ਦੇਖਣਾ ਕੀ ਕਹਿੰਦੇ ਨੇ ਸਾਹਿਬ, ਕਿ ਮਨੁੱਖ ਦੇ ਜੀਵਨ ਵਿੱਚ ਭਟਕਣਾ ਬਹੁਤ ਹੈ, ਉਸਦਾ ਕੀ ਮਾਫ, ਮਨੁੱਖ ਭਟਕਦਾ ਬਹੁਤ ਹੈ, ਭਟਕਣਾ ਤੋਂ ਬਾਅਦ ਕੁਛ ਹੋਰ ਚਾਹੀਦਾ ਹੈ। ਜਿਹਦੇ ਕੋਲ ਧਨ ਹੈ ਉਹ ਕਹਿੰਦਾ ਹੋਰ ਚਾਹੀਦਾ ਹੈ, ਜਿਹਦੇ ਕੋਲ ਰੁਤਬਾ ਹੈ ਉਹ ਕਹਿੰਦਾ ਹੋਰ ਵੱਡਾ ਚਾਹੀਦਾ ਹੈ, ਜਿਹਦੇ ਕੋਲ ਗਿਆਨ ਹੈ ਉਹ ਕਹਿੰਦਾ ਹੋਰ ਚਾਹੀਦਾ ਹੈ, ਔਰ ਜਿਹਦੇ ਕੋਲ ਬਹੁਤ ਵੱਡਾ ਰੁਤਬਾ ਹੈ ਉਹ ਕੀ ਕਹਿੰਦਾ, ਕਿਤੇ ਕੋਈ ਖੋ ਨਾ ਲਵੇ, ਕੋਈ ਖੋ ਨਾ ਲਵੇ। ਇਹ ਤ੍ਰਿਸ਼ਨਾ ਮਨੁੱਖ ਦੇ ਜੀਵਨ ਵਿੱਚ ਹੈ, ਔਰ ਇਸ ਕਰਕੇ ਜੋ ਕੁਛ ਵੀ ਸੁੱਖ ਮਨੁੱਖ ਦੇ ਕੋਲ ਹੈ ਉਹਦਾ ਵੀ ਸੁੱਖ ਨਹੀਂ ਭੋਗ ਪਾਉਂਦਾ। ਸ਼ੇਖ ਸ਼ਾਦੀ ਸਾਹਿਬ ਕਹਿੰਦਾ ਹੈ, ਦੁੱਖ ਵਿੱਚ ਮਨੁੱਖ ਨੂੰ ਦੁਖੀ ਹੁੰਦੇ ਦੇਖਿਆ, ਪਰ ਸੁੱਖ ਵਿੱਚ ਵੀ ਦੁਖੀ ਹੁੰਦੇ ਦੇਖਿਆ। ਕਿਸ ਤਰ੍ਹਾਂ? ਤੋ ਇਸ ਦਾ ਵਿਸਤਾਰ ਕਰਦੇ ਨੇ ਸ਼ੇਖ ਸ਼ਾਦੀ ਸਾਹਿਬ, ਕਹਿੰਦੇ ਨੇ ਕਿ ਦੁੱਖ ਵਿੱਚ ਤਾਂ ਮਨੁੱਖ ਦੁਖੀ ਹੈ ਹੀ, ਸੁੱਖ ਵਿੱਚ ਇਸ ਕਰਕੇ ਦੁਖੀ ਹੈ ਕਿ ਖਬਰ ਨਹੀਂ ਇਹ ਸੁੱਖ ਕਦ ਤੱਕ ਰਹਿਣਗੇ, ਕਿਤੇ ਛੇਤੀ ਨਾ ਚਲੇ ਜਾਣ, ਕਿਤੇ ਕੋਈ ਖੋਹੀ ਨਾ ਲਵੇ, ਉਹ ਇਸ ਕਰਕੇ ਦੁਖੀ ਰਹਿੰਦਾ। ਜੇ 5 ਸਾਲ ਵਾਸਤੇ ਕਿਸੇ ਨੂੰ ਰਾਜ ਸੱਤਾ ਮਿਲ ਜਾਵੇ, ਅੱਜ ਪਹਿਲਾ ਹੀ ਦਿਨ ਹੈ ਅਤੇ ਉਸਦਾ ਸ਼ੁਕਰਾਨਾ ਨਹੀਂ ਹੋਏਗਾ, ਕਿ ਉਸਨੇ ਕਹਿ ਦੇਣਾ ਕਿ ਬਾਕੀ ਇਤਨੇ ਦਿਨ ਬਚ ਗਏ ਨੇ, ਬਾਕੀ ਇਤਨੇ ਸਾਲ ਬਚ ਗਏ ਨੇ, ਫਿਰ ਉਤਰਨਾ ਪਏਗਾ। 1 ਮਹੀਨੇ ਦੀ ਛੁੱਟੀ ਹੋਈ ਜਦੋਂ ਗਰਮੀਆਂ ਦੀ, ਤਾਂ ਅੱਜ ਪਹਿਲਾ ਹੀ ਦਿਨ ਸੀ ਅਤੇ ਬੱਚਾ ਸੁਸਤ ਬੈਠਾ। ਬੱਚੇ ਨੂੰ ਮੈਂ ਪੁੱਛ ਲਿਆ ਕਿ ਹੁਣ ਤਾਂ ਪੂਰਾ ਮਹੀਨਾ ਛੁੱਟੀਆਂ ਦਾ, ਮੌਜ ਕਰ। ਕਹਿਣ ਲੱਗੇ, ਗਿਆਨੀ ਜੀ ਮੌਜ ਕਿੱਥੇ, ਬਾਕੀ 29 ਦਿਨ ਰਹਿ ਗਏ, ਫਿਰ ਜਾਣਾ ਪਏਗਾ ਸਕੂਲ, ਬਾਕੀ 28 ਦਿਨ ਰਹਿ ਗਏ। ਤਾਂ ਉਹਦਾ ਜਿਹੜਾ ਸੁੱਖ ਭੋਗਣਾ ਸੀ ਨਹੀਂ ਭੋਗ ਪਾਏ। ਸਾਹਿਬ ਕਹਿੰਦੇ ਨੇ, ਦਾਦਾ ਦਾਵਤ ਤੋਂ ਮਿਟੇ ਸੰਤ ਸੰਗ ਹੋਏ ਬਾਸ। ਇਹ ਤੜਫਨ ਉਸਤੀ ਮਿਟਦੀ ਹੈ ਜਿਨ੍ਹਾਂ ਦਾ ਨਿਵਾਸ ਸਤ ਸੰਗਤ ਵਿੱਚ ਹੋ ਗਿਆ। ਹੁਣ ਸੰਗਤ ਵਿੱਚ ਬੈਠਣਾ ਜਿਸ ਨੂੰ ਨਸੀਬ ਹੋਇਆ, ਅਤੇ ਇਸ ਨੂੰ ਤਾਂ ਆਪ ਜੀ ਸਧਾਰਨ ਵੀ ਲੈ ਸਕਦੇ ਹੋ, ਕਿ ਬੈਠੇ ਹਾਂ ਸੰਗਤ ਵਿੱਚ, ਸਧਾਰਨ ਵੀ ਲੈ ਸਕਦੇ ਹੋ, ਪਰ ਇਹ ਗੱਲ ਅੱਜ ਪੱਲੇ ਬੰਨ ਲੈਣਾ, ਕਿਉਂਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਨੇ। ਆਪ ਜੀ ਕੀ ਕਹਿੰਦੇ ਨੇ ਕਿ ਦੁਰਤੇ ਕਿਰਪਾ ਕਰੋ ਆਪ ਤੋਂ ਹੋਏ ਮਨੇ ਪਰਗਾਸ। ਕਹਿੰਦੇ ਨੇ ਸੰਗਤ ਵਿੱਚ ਉਹ ਬੈਠਦਾ ਹੈ ਜਿਨ੍ਹਾਂ 'ਤੇ ਧੁਰ ਦੀ ਕਿਰਪਾ ਹੋ ਰਹੀ ਹੈ, ਧੁਰ ਦੀ। ਤਾਂ ਇਹ ਇੱਕ ਬਹੁਤ ਵੱਡੀ ਖੁਸ਼ੀ ਮਹਿਸੂਸ ਕਰਨਾ ਕਿ ਧੁਰ ਦੀ ਕਿਰਪਾ ਹੋਈ ਹੈ ਤਾਂ ਬੈਠੇ ਹੋ, ਤਾਂ ਬੈਠੇ ਹੋ। ਜੇ ਧੁਰ ਦੀ ਕਿਰਪਾ ਨਾ ਹੁੰਦੀ ਤਾਂ ਪਰਮਾਤਮਾ ਆਪ ਜੀ ਨੂੰ ਕਿਤੇ ਹੋਰ ਤਰਫ ਵੀ ਭੇਜ ਸਕਦਾ ਸੀ, ਕਿ ਕਿਸੇ ਦਾ ਬੁਲਾਵਾ ਆ ਗਿਆ, ਬਹੁਤ ਜ਼ਰੂਰੀ ਕੰਮ ਹੈ, ਉੱਥੇ ਜਾਣਾ ਹੈ, ਜਾ ਸਕਦੀ ਸੀ। ਜਾਂ ਕੋਈ ਵਿਚਕਾਰ ਐਸੀ ਦੀਵਾਰ ਖੜ ਗਈ ਜਿਸ ਕਰਕੇ ਨਹੀਂ ਆ ਪਾਏ। ਸਾਹਿਬ ਕਹਿੰਦੇ ਨੇ ਧੁਰ ਤੋਂ ਕਿਰਪਾ ਹੋਈ ਹੈ, ਮੈਂ ਸੰਗਤ ਵਿੱਚ ਆ ਕੇ ਬੈਠਾ। ਤਾਂ ਐਸੀ ਕਿਰਪਾ ਰੋਜ਼ ਮੰਗਿਆ ਕਰੋ, ਪਾਤਸ਼ਾਹ ਮੇਰੇ 'ਤੇ ਰਹਿਮਤ ਕਰ, ਮੈਨੂੰ ਸੰਗਤ ਵਿੱਚ ਭੇਜ। ਤਾਂ ਸਾਹਿਬ ਕਹਿੰਦੇ ਨੇ, ਧਨ ਸਾਚਾ ਤੇਉਂ ਸੱਚ ਸ਼ਾਹ, ਹਰ ਹਰ ਪੂੰਜੀ ਨਾਮ ਵਿਸਾਹ। ਦੋ ਕਿਸਮ ਦੀ ਪੂੰਜੀ ਹੈ, ਇੱਕ ਦੁਨਿਆਵੀ ਪੂੰਜੀ, ਇੱਕ ਨਾਮ ਦੀ ਪੂੰਜੀ, ਔਰ ਇੱਕ ਤੀਜੀ ਪੂੰਜੀ ਜੇਕਰ ਮੈਂ ਅਰਜ ਕਰਾਂ, ਇਸ ਤਰ੍ਹਾਂ ਵੀ ਕਹਿ ਸਕਦਾ ਕਿ ਪਰਿਵਾਰ ਵੀ ਪੂੰਜੀ ਹੈ,
ਇਹ ਵੀ ਕਹਿ ਸਕਦੇ ਹਾਂ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਕਿ ਪਰਿਵਾਰ ਦੀ ਜਿਹੜੀ ਪੂੰਜੀ ਹੈ ਔਰ ਸੰਸਾਰਿਕ ਪੂੰਜੀ ਜਿਹੜੀ ਹੈ ਇਹ ਉਦੋਂ ਤੱਕ ਸਾਡੇ ਨਾਲ ਹੁੰਦੀ ਹੈ ਜਦੋਂ ਤੱਕ ਸਾਡੇ ਕੋਲ ਸਰੀਰ ਰੂਪੀ ਪੂੰਜੀ ਹੈ, ਸਵਾਸ ਰੂਪੀ ਪੂੰਜੀ ਹੈ। ਜੇ ਸਰੀਰ ਵਿੱਚ ਸਾਹ ਚੱਲ ਰਹੇ ਨੇ ਤਾਂ ਧਨ ਵੀ ਸਾਡਾ ਹੈ, ਪਰਿਵਾਰ ਵੀ ਸਾਡਾ ਹੈ। ਔਰ ਜੇ ਕਿਧਰੇ ਸਰੀਰ ਦੇ ਵਿੱਚੋਂ ਸਾਹ ਨਿਕਲ ਗਏ ਤਾਂ ਫਿਰ ਨਾ ਧਨ ਆਪਣਾ, ਨਾ ਫਿਰ ਕੁਟੁੰਬ ਆਪਣਾ, ਫਿਰ ਕੀ ਹੈ ਆਪਣਾ। ਸਾਹਿਬ ਕਹਿੰਦੇ ਨੇ ਫਿਰ ਤੇਰੇ ਕੋਲ ਜੇ ਨਾਮ ਦੀ ਪੂੰਜੀ ਹੈ ਫਿਰ ਉਹ ਤੇਰੀ ਸਹਾਇਤਾ ਕਰੇਗਾ, ਉਹ ਤੇਰੀ ਹੈਲਪ ਕਰੇਗਾ। ਹਰ ਹਰ ਪੂੰਜੀ ਨਾਮ ਬਿਸਾਹਾ, ਇਹ ਨਾਮ ਦੀ ਜਿਹੜੀ ਪੂੰਜੀ ਹੈ ਇਸ ਨੂੰ ਤੂੰ ਇਕੱਠੀ ਕਰ, ਇਹ ਬਹੁਤ ਜ਼ਰੂਰੀ ਹੈ। ਕਹਿੰਦੇ ਨੇ ਜੇ ਇਹ ਨਾਮ ਦੀ ਪੂੰਜੀ ਮੇਰੇ ਕੋਲ ਹੋਵੇ ਤਾਂ ਮੈਨੂੰ ਕੀ ਮਿਲੇਗਾ ਫਿਰ। ਸਾਹਿਬ ਕਹਿੰਦੇ ਨੇ ਧੀਰਜ ਜਨ ਸ਼ੋਭਾ ਤਹਿ ਬੰਨਿਆ, ਉਹਦੇ ਮਨੁੱਖ ਦੇ ਵਿੱਚ ਧੀਰਜ ਨੇ ਜਨਮ ਲੈਣਾ ਹੈ, ਨਹੀਂ ਤਾਂ ਭੱਜਦੇ ਫਿਰਦੇ ਸੀ। ਆਪ ਜੀ ਨੇ ਦੇਖਿਆ ਕਿ ਜੇ ਮੱਥਾ ਵੀ ਟੇਕਣਾ ਤਾਂ ਬਾਹਰੋਂ ਮੱਥਾ ਭੱਜਦੇ ਭੱਜਦੇ ਮੱਥਾ ਟੇਕਿਆ, ਨਿਕਲ ਗਏ। ਇੱਕ ਬਜ਼ੁਰਗ ਦੀ ਮੈਨੂੰ ਗੱਲ ਬਹੁਤ ਚੰਗੀ ਲੱਗੀ ਅਤੇ ਮੈਂ ਉਸਨੂੰ ਆਪਣੇ ਡਾਇਰੀ ਦੇ ਵਿੱਚ ਲਿਖ ਵੀ ਲਈ। ਗੱਲ ਮੈਨੂੰ ਚੰਗੀ ਲੱਗੀ ਕਿਉਂਕਿ ਕਈ ਦਫ਼ਾ ਗੱਲ ਭੁੱਲ ਵੀ ਜਾਂਦੀ ਹੈ। ਉਹ ਗੱਲ ਇੱਥੋਂ ਸ਼ੁਰੂ ਕਰਦਾ ਹੈ, ਜਦੋਂ ਮੇਰਾ ਇੱਕ ਕਾਰਜ ਸੀ ਮੈਂ ਉਸਨੂੰ ਕਹਿ ਦਿੱਤਾ ਥੋੜ੍ਹਾ ਜਿਹਾ ਜਲਦੀ ਕਰੋ। ਕਹਿਣ ਲੱਗੇ ਗਿਆਨੀ ਜੀ ਇੱਥੇ ਬੈਠੋ, ਮੈਂ ਜਲਦੀ 'ਤੇ ਇੱਕ ਗੱਲ ਸੁਣਾਉਂਦਾ। ਫਿਰ ਉਸਨੇ ਗੱਲ ਸੁਣਾਈ ਔਰ ਇਹ ਹਕੀਕਤ ਹੈ ਸਾਰਿਆਂ ਵਾਸਤੇ। ਕਹਿੰਦੇ ਨੇ ਬੱਚੇ ਦਾ ਵਿਆਹ ਕੀਤਾ, ਕਹਿੰਦੇ ਨੇ ਮੈਂ ਗੱਲ ਇੱਥੋਂ ਸ਼ੁਰੂ ਕਰਨਾ। ਜਦੋਂ ਬੱਚੇ ਦਾ ਵਿਆਹ ਕੀਤਾ ਤਾਂ ਮਾਤਾ ਪਿਤਾ ਦੀ ਤਮੰਨਾ ਹੁੰਦੀ ਹੁਣ ਛੇਤੀ ਇਸ ਦਾ ਬੱਚਾ ਹੋਵੇ, ਬਹੁਤ ਛੇਤੀ। ਹੁਣ ਕਿਤਨਾ ਵੀ ਛੇਤੀ ਹੋਵੇ ਤਾਂ 9 ਮਹੀਨੇ ਤਾਂ ਲੱਗਦੇ ਹੀ ਨੇ, ਪਰ ਜੇ ਕਿਧਰੇ ਉਸ ਰੂਹ ਨੂੰ ਬਹੁਤ ਛੇਤੀ ਹੋਵੇ ਤਾਂ ਫਿਰ 7ਵਾਂ ਮਹੀਨਾ। ਆਪ ਜੀ ਨੂੰ ਮੈਂ ਪਹਿਲਾਂ ਅਰਜ਼ ਕੀਤੀ ਸੀ ਕਿਉਂਕਿ ਕਿਸੇ ਨੇ ਸਵਾਲ ਕੀਤਾ ਸੀ ਕਿ ਜੋ 7ਵੇਂ ਮਹੀਨੇ ਦੇ ਬੱਚੇ ਦਾ ਜਨਮ ਹੁੰਦਾ ਹੈ ਉਹਦੇ ਪਿੱਛੇ ਕੀ ਫਿਲੋਸਫੀ ਹੈ, ਉਹਦੇ ਪਿੱਛੇ ਧਰਮ ਕੀ ਕਹਿੰਦਾ ਹੈ। ਤਾਂ ਧਰਮ ਇਹ ਕਹਿੰਦਾ ਹੈ ਕਿ ਜਿਹੜਾ ਮਨੁੱਖ ਮਰਨ ਵੇਲੇ ਮੌਤ ਦੇ ਨਾਲ ਝਗੜਾ ਕਰਦਾ ਹੈ, ਮਰਨਾ ਨਹੀਂ ਚਾਹੁੰਦਾ, ਕਹਿੰਦੇ ਨੇ ਉਸ ਰੂਹ ਦਾ ਜਨਮ ਫਿਰ ਛੇਤੀ ਹੋ ਜਾਂਦਾ ਹੈ 7ਵੇਂ ਮਹੀਨੇ ਵਿੱਚ ਹੀ, ਫਿਰ ਛੇਤੀ ਹੋ ਗਿਆ। ਇਹ ਧਰਮ ਕਹਿੰਦਾ ਹੈ, ਧਾਰਮਿਕ ਪੁਰਸ਼ ਕਹਿੰਦੇ ਨੇ। ਔਰ ਜਿਹੜਾ ਸਹਿਜਤਾ ਦੇ ਨਾਲ ਜਾਂਦਾ ਹੈ ਔਰ ਕਹਿੰਦਾ ਹਾਂ ਮਰਨਾ ਤਾਂ ਹੈ, ਜਾਣਾ ਤਾਂ ਹੈ ਹੀ, ਕੋਈ ਗੱਲ ਨਹੀਂ ਹੈ, ਫਿਰ ਕਹਿੰਦੇ ਨੇ ਕਰਮ ਦੇ ਮੁਤਾਬਿਕ ਫਿਰ ਉਹਦਾ ਜੇ ਜਨਮ ਹੋਣਾ ਹੋਇਆ ਤਾਂ 9 ਮਹੀਨੇ ਪੂਰਨ ਮਾਤਗਰ ਵਿੱਚ ਰਹੇਗਾ, ਫਿਰ ਆਏਗਾ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦਾ ਹੈ 10 ਮਾਸੀ ਬਾਲਕ ਜਨਮ ਲਿਆ, 10 ਮਹੀਨਾ, 9 ਮਹੀਨੇ ਪੂਰੇ ਹੋ ਗਏ ਫਿਰ 10ਵਾਂ ਸ਼ੁਰੂ ਹੋਇਆ ਉਦੋਂ ਜਨਮ ਹੁੰਦਾ। ਤਾਂ ਇਸ ਕਰਕੇ ਉਹ ਕਹਿੰਦਾ ਹੈ ਕਿ ਬੱਚੇ ਦਾ ਵਿਆਹ ਹੋਇਆ, ਮਾਂ ਬਾਪ ਕਹਿੰਦੇ ਨੇ ਜਲਦੀ ਬੱਚਾ ਹੋਵੇ, ਬੱਚਾ ਹੋਇਆ ਫਿਰ ਕਹਿੰਦੇ ਨੇ ਹੁਣ ਛੇਤੀ ਵੱਡਾ ਹੋਵੇ ਤਾਂ ਸਕੂਲ ਭੇਜੀਏ ਛੇਤੀ। ਕਹਿੰਦੇ ਨੇ ਜਦੋਂ ਥੋੜ੍ਹਾ ਸਿਆਣਾ ਹੋਇਆ ਛੇਤੀ ਉਸਨੂੰ ਸਕੂਲ ਭੇਜਿਆ, ਛੇਤੀ ਉਹਦੀ ਪੜ੍ਹਾਈ ਸ਼ੁਰੂ ਹੋਈ। ਕਹਿੰਦੇ ਨੇ ਜਦੋਂ ਉਹਦੀ ਪੜ੍ਹਾਈ ਛੇਤੀ ਸ਼ੁਰੂ ਹੋਈ ਫਿਰ ਕਹਿਣ ਲੱਗੇ ਜਿਤਨੇ ਜਲਦੀ ਹੋ ਸਕੇ ਉਤਨੀ ਜਲਦੀ ਨੌਕਰੀ ਮਿਲ ਜਾਏ, ਸਿਰ ਨੌਕਰੀ ਜਲਦੀ ਜਲਦੀ, ਫਿਰ ਉਸ ਦਾ ਵਿਆਹ ਜਲਦੀ ਜਲਦੀ, ਫਿਰ ਉਸਦੇ ਬੱਚੇ ਦੀ ਉਮੀਦ ਜਲਦੀ ਜਲਦੀ। ਔਰ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਅਖੀਰ ਵਿੱਚ ਮੌਤ ਆਉਂਦੀ ਹੈ ਤਾਂ ਅਰਥੀ ਵੀ ਜਲਦੀ 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 ਜਲਦੀ। ਔਰ ਇਹੀ ਕਾਰਨ ਹੈ ਕਿ ਅਰਥੀ ਨੂੰ ਅਸੀਂ ਛੇਤੀ ਛੇਤੀ ਲੈ ਜਾਂਦੇ ਹਾਂ, ਜਲਦੀ ਜਲਦੀ, ਜ਼ਿੰਦਗੀ ਦੇ ਵਿੱਚ ਧੀਰਜ ਨਹੀਂ ਹੈ। ਔਰ ਇੱਕ ਸੰਤ ਨੇ ਕਿਹਾ ਸੀ ਜਦੋਂ ਮੇਰੀ ਮੌਤ ਹੋਵੇ ਮੇਰੀ ਅਰਥੀ ਨੂੰ ਲੈ ਜਾਣਾ
ਸ਼ਹਿਨਾਈ ਵਜਾ ਕੇ ਵਾਜੇ ਵਜਾ ਕੇ ਕੀਰਤਨ ਕਰਦੇ ਹੋਏ ਔਰ ਸਹਿਜਤਾ ਦੇ ਨਾਲ ਭਜਣ ਦੀ ਲੋੜ ਨਹੀਂ ਹੈ। ਔਰ ਮੈਂ ਦੇਖਿਆ ਨੱਚਦੇ ਟੱਪਦੇ ਗਏ ਨੇ, ਸੰਗੀਤ ਗੀਤ ਧੁਨ ਅਨਹਦ ਵਜਾਉਂਦੇ ਗਏ ਨੇ ਆਰਾਮ ਦੇ ਨਾਲ। ਤਾਂ ਜਿਸ ਮਨੁੱਖ ਦੇ ਜੀਵਨ ਵਿੱਚ ਧੀਰਜ ਬਣ ਦਾ ਜਨਮ ਹੋ ਗਿਆ, ਕਹਿੰਦੇ ਨੇ ਉਹਦੀ ਸ਼ੋਭਾ। ਤਾਂ ਧੀਰਜ ਬਣੇ ਕਿਸ ਤਰ੍ਹਾਂ? ਹਰ ਹਰ ਨਾਮ ਸ਼੍ਰਵਨ ਜਿਹੇ ਸੁਣਿਆ, ਜਿਸਨੇ ਸੁਣ ਲਿਆ ਨਾਮ ਉਹਦੇ ਜੀਵਨ ਵਿੱਚ ਧੀਰਜ ਹੈ। ਪਰ ਸੁਣਨਾ ਬਹੁਤ ਗਹਿਰਾਈ ਨਾਲ, ਬਹੁਤ ਡੂੰਘਾਈ ਨਾਲ ਔਰ ਧਿਆਨ ਨਾਲ। ਗੁਰਮੁਖ ਜਹਿ ਘਟ ਰਹੇ ਸਮਾਈ, ਕਿ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਬੋਲ ਵਸ ਗਏ ਸਮਾ ਗਏ। ਹੁਣ ਕਦ ਸਮਾਣਗੇ? ਜਦੋਂ ਕਿਸਾਨ ਬੀਜ ਬੀਜਦਾ ਹੈ ਤਾਂ ਉਸਨੂੰ ਇਹ ਵੀ ਕਹਿ ਦਿੰਦਾ, ਮੈਂ ਬੀਜ ਬੀਜ ਕੇ ਆ ਗਿਆ ਜਾਂ ਮੈਂ ਬੀਜ ਜਮਾ ਕੇ ਆ ਗਿਆ, ਪਨੀਰੀ ਜਮਾ ਕੇ ਆ ਗਿਆ। ਫਿਰ ਦੂਜੇ ਦਿਨ ਕੀ ਕਹਿੰਦਾ ਹੈ? ਕਹਿੰਦਾ ਹੈ ਮੈਂ ਥੋੜ੍ਹੀ ਜਿਹੀ ਗਲਤੀ ਕੀਤੀ ਹੈ। ਗਲਤੀ ਇਹ ਹੋ ਗਈ, ਜਿਹੜਾ ਬੀਜ ਮੈਂ ਜਮਾ ਕੇ ਆਇਆ ਜਾਂ ਜਿਹੜਾ ਬੀਜ ਮੈਂ ਬੀਜ ਕੇ ਆਇਆ, ਮੈਂ ਗਲਤੀ ਇਹ ਕੀਤੀ ਹੈ, ਬੀਜ ਥੋੜ੍ਹਾ ਜਿਹਾ ਮੈਂ ਹੋਰ ਡੂੰਘਾ ਬੀਜਦਾ, ਧਿਆਨ ਦੇਣਾ ਇਸਨੂੰ, ਫਿਰ ਮੈਂ ਇੱਕ ਸਮਾਪਤੀ ਵੱਲ ਆਉਂਦਾ। ਜਿਹੜਾ ਬੀਜ ਸੀ ਉਹਦਾ ਤਲ ਥੋੜ੍ਹਾ ਹੋਰ ਡੂੰਘਾ ਚਾਹੀਦਾ ਸੀ, ਉਹ ਡੂੰਘਾਈ ਦੇ ਵਿੱਚ ਬੀਜ ਨਹੀਂ ਬੀਜਿਆ, ਕਿਉਂਕਿ ਉਸਨੂੰ ਪੰਛੀ ਚੁਰਾ ਕੇ ਲੈ ਗਏ ਜਾਂ ਸੂਰਜ ਦੀ ਤਪਸ ਦੇ ਨਾਲ ਉਹ ਬੀਜ ਮੇਰਾ ਬੀਜਿਆ ਹੋਇਆ ਸੁੱਕ ਗਿਆ, ਸੁੱਕ ਗਿਆ। ਔਰ ਸੁੱਕ ਜਾਂਦਾ ਹੈ, ਮੈਂ ਇਸ ਚੈਪਟਰ 'ਤੇ ਕਦੇ ਫਿਰ ਗੱਲ ਕਰਾਂਗਾ, ਆਪ ਜੀ ਦੇ ਸਾਹਮਣੇ ਰੱਖਾਂਗਾ, ਜੋ ਨਾਮ ਆਪ ਜੀ ਨੇ ਸੁਣਿਆ ਜਿਸ ਢੰਗ ਦੇ ਨਾਲ, ਉਹ ਬਾਹਰ ਨਿਕਲਦੇ ਨਿਕਲਦੇ ਹੀ ਕਈ ਵਾਰੀ ਕ੍ਰੋਧ ਰੂਪੀ ਤਪਸ ਸੁਕਾ ਦਿੰਦਾ ਹੈ, ਵਿਕਾਰ ਰੂਪੀ ਪੰਛੀ ਕੱਢ ਕੇ ਲੈ ਜਾਂਦੇ ਨੇ, ਘਰ ਤੱਕ ਪਹੁੰਚਦਿਆਂ ਪਹੁੰਚਦਿਆਂ ਖਾਲੀ ਦੇ ਖਾਲੀ, ਕਿਉਂਕਿ ਗਹਿਰੇ ਤਲ 'ਤੇ ਨਹੀਂ ਸੁਣਿਆ ਸੀ। ਗਹਿਰੇ ਤਲ 'ਤੇ ਵੀ ਕਿਸ ਤਰ੍ਹਾਂ ਸੁਣਨਾ ਹੈ? ਕਹਿੰਦੇ ਨੇ ਜਿਹੜਾ ਸੁਣ ਲਿਆ ਉਸਨੂੰ ਫਿਰ ਜਮਾ ਲੈਣਾ, ਉਸਨੂੰ ਦਿਲ ਵਿੱਚ ਵਸਾ ਲੈਣਾ। ਗੁਰੂ ਨੇ ਇਹ ਗੱਲ ਆਖੀ ਹੈ ਕਿ ਦਾਦਾ ਦਾਤਾ ਏਕ ਹੈ, ਜੀਵਨ ਵਿੱਚ ਵਸਾ ਲਵੋ। ਮੇਰੇ ਗੁਰੂ ਨੇ ਕਿਹਾ ਸੀ ਦਰ ਜੀ ਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਇਸਨੂੰ ਵਸਾ ਲਓ ਦਿਲ ਵਿੱਚ, ਆਸ ਇੱਕ ਦੀ ਰੱਖਣੀ ਹੈ, ਦਾਤੇ ਦੀ ਰੱਖਣੀ। ਤਾਂ ਇਸ ਤਰ੍ਹਾਂ ਦੇ ਬੋਲ ਜਦੋਂ ਵਸ ਗਏ, ਔਰ ਵਸਣਗੇ ਕਦ? ਇੱਕ ਗੁਰਮੁਖ ਪ੍ਰੇਮੀ ਮੈਨੂੰ ਕਹਿੰਦਾ ਹੈ ਕਿ ਗਿਆਨੀ ਜੀ, ਅਸੀਂ ਅਕਸਰ ਇਹ ਗੱਲ ਕਰਦੇ ਹਾਂ ਬਾਣੀ ਪੜ੍ਹਿਆ ਕਰੋ, ਗੁਰਬਾਣੀ ਸੁਣਿਆ ਕਰੋ। ਕਹਿੰਦੇ ਨੇ ਮੁਬਾਰਕ ਹੈ ਗੁਰਬਾਣੀ, ਧੁਰ ਦੀ ਬਾਣੀ ਹੈ। ਕਹਿੰਦੇ ਨੇ ਪਰ ਇਸ ਨੂੰ ਬਾਣੀ ਨੂੰ ਬਾਣੀ ਕਰਕੇ ਤਾਂ ਸੁਣਨਾ ਹੀ ਹੈ, ਪਰ ਬਾਣੀ ਨੂੰ ਉਪਦੇਸ਼ ਕਰਕੇ ਸੁਣਨਾ ਹੈ, ਇਹ ਉਪਦੇਸ਼ ਹੈ ਗੁਰੂ ਦਾ। ਔਰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਹਿ ਦਿੱਤਾ ਹੈ, ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਪਾਵੋ ਗੁਣੀ ਨਿਧਾਨ, ਇਹ ਉਪਦੇਸ਼ ਹੈ। ਹੁਣ ਆਪ ਜੀ ਇਹ ਦੱਸੋ, ਉਪਦੇਸ਼ ਸੁਣਨ ਲਈ ਹੁੰਦਾ ਹੈ ਜਾਂ ਉਪਦੇਸ਼ ਪੜ੍ਹਨ ਲਈ ਹੁੰਦਾ ਹੈ ਜਾਂ ਉਪਦੇਸ਼ ਮਨ ਵਿੱਚ ਵਸਾਉਣ ਲਈ ਹੁੰਦਾ ਹੈ? ਵਸਾਉਣ ਲਈ। ਬਾਣੀ ਜਿਤਨੀ ਵੀ ਕੰਠ ਸੇ ਯਾਦ ਕਰ ਲਵੋ ਮੁਬਾਰਕ ਹੈ, ਪਰ ਉਪਦੇਸ਼ ਇੱਕ ਵੀ ਨਹੀਂ ਸੁਣਿਆ ਤਾਂ ਗੱਲ ਨਹੀਂ ਬਣੇਗੀ। ਸਾਹਿਬ ਕਹਿੰਦੇ ਨੇ ਗੁਰਮੁਖ ਜਹਿ ਘਟ ਰਹਿ ਸਮਾਈ, ਨਾਨਕ ਤਹਿ ਜਨ ਮਿਲੀ ਵਡਾਈ। ਹੇ ਨਾਨਕ, ਵਡਿਆਈ ਉਸਨੂੰ ਨਸੀਬ ਆਉਂਦੀ ਹੈ ਇੱਥੇ ਵੀ ਅਤੇ ਦੁਰ ਦਰਗਾਹ ਦੇ ਵਿੱਚ ਵੀ, ਜਿਸਨੇ ਗੱਲ ਸੁਣ ਲਈ ਹੈ ਔਰ ਜਿਸਨੇ ਗੱਲ ਉਸ ਦਾਤੇ ਦੀ ਮੰਨ ਲਈ ਹੈ। ਤਾਂ 52 ਅੱਖਰੀ ਦਾ ਇਹ 35ਵਾਂ ਸਲੋਕ ਸੰਪੂਰਨ ਹੋਇਆ, ਬਾਕੀ ਵਿਚਾਰਾਂ ਕੱਲ੍ਹ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ।